ਦਿੱਲੀ ਦੇ ਕਰੰਟ ਨੇ ਇੱਕ ਹੀ ਪਰਿਵਾਰ ਦੇ ਦੋ ਚਿਰਾਗਾਂ ਨੂੰ ਹਮੇਸ਼ਾ ਹਮੇਸ਼ਾ ਲਈ ਬੁਝਾ ਦਿੱਤਾ। ਮਾਮਲਾ ਡੇਰਾ ਬਾਬਾ ਨਾਨਕ ਦੇ ਪਿੰਡ ਡਾਲਾ ਦਾ, ਜਿੱਥੇ 8 ਤੋਂ 10 ਸਾਲਾਂ ਦੇ ਛੋਟੇ ਛੋਟੇ ਬੱਚੇ ਜੋ ਕਿ ਸਗੇ ਭਰਾ ਸਨ ਖੇਤਾਂ ਵਿੱਚ ਆਪਣੇ ਦਾਦੇ ਨਾਲ ਗਏ, ਪਰ ਜਦੋਂ ਬੱਚੇ ਮੋਟਰ ਤੇ ਪਾਣੀ ਪੀਣ ਲੱਗੇ ਤਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਦੋਵੇਂ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਮੇਰਾ ਫਾਦਰ ਹੈ, ਇਹਦੇ ਨਾਲ ਗਏ ਮੋਟਰ ਤੇ, ਖੇਤ ਪਾਣੀ ਪਾਉਣ ਗਏ ਇਕੱਠੇ ਬਹਿ ਕੇ, ਅਤੇ ਉਹ ਇਹਨਾਂ ਨੇ ਕਿਹਾ ਵੀ ਜਾ ਕੇ ਤੁਸੀਂ ਘਰ ਚਲ ਜਾਓ, ਪਾਣੀ ਪੂਣੀ ਧੁੱਪ ਲੱਗੀ ਹੈ, ਚਲ ਜਾਓ ਘਰ ਪਾਣੀ ਪੂਣੀ ਪੀਓ। ਉਹ ਘਰ ਨੂੰ ਨਹੀਂ ਆਏ ਜੋ ਭਾਈ ਮੋਟਰ ਨਹੀਂ ਚੁੱਕੇ, ਅਤੇ ਉੱਥੇ ਨਿਕਿਆ ਪਹਿਲਾਂ ਕਰੰਟ ਲੱਗਾ, ਅਤੇ ਇਹਨਾਂ ਨੂੰ ਕਿਹਾ ਪਤਾ ਹੀ ਬੱਚਿਆਂ ਨੂੰ ਉਸ ਡਾਊਨ ਲੱਗੇ ਚਲ ਜਾਵੇ ਨਾਲ ਹੀ ਛੁੱਟੇ। ਕਿੰਨੀ ਉਮਰ ਦੇ ਸੀ? 1-8 ਤੱਕ ਤਾਂ। ਅਤੇ ਫਿਰ ਮੌਤ ਇਹਨਾਂ ਦੀ ਮੌਕੇ 'ਤੇ ਹੋ ਗਈ ਸੀ? ਮੌਕੇ 'ਤੇ ਹੋ ਗਈ ਜੀ, ਇਹਨਾਂ ਨੂੰ ਪਤਾ ਹੀ ਬਾਅਦ 'ਚ ਲੱਗਾ। ਬਹੁਤ ਜ਼ਿਆਦਾ ਦੁਖਦਾਇਕ ਘਟਨਾ ਹੋਈ ਹੈ। ਸਾਰੇ ਇਲਾਕੇ ਵਿੱਚ ਬੜੀ ਅਫਸੋਸ ਦੀ ਲਹਿਰ ਫੈਲੀ ਹੋਈ ਹੈ। ਇਸ ਬਹੁਤ ਜ਼ਿਆਦਾ ਦੁੱਖ ਹੋਇਆ ਸਾਰੇ ਲੋਕਾਂ ਨੂੰ ਸੁਣ ਕੇ, ਸਾਰੇ ਪਿੰਡ ਇਹਨਾਂ ਦਾ ਵੀ ਸਾਰੇ ਪਰਿਵਾਰ ਨਾਲ ਬਹੁਤ ਜ਼ਿਆਦਾ ਹੀ ਵੱਡਾ ਹਾਦਸਾ ਹੋ ਗਿਆ। ਘਟਨਾ ਸਰ, ਅਸੀਂ ਵੀ ਇੱਥੇ ਬੈਠੇ ਹਾਂ, ਤੁਸੀਂ ਇੱਥੋਂ ਵੇਖਿਆ ਕਿ ਵੀ ਦੌੜੇ ਜਾਂਦੇ, ਪਤਾ ਨਹੀਂ ਕੀ ਹੋਇਆ। ਜਦੋਂ ਪਤਾ ਲੱਗਾ ਵੀ ਦੋਵੇਂ ਬੱਚੇ ਜਿਹੜੇ ਆ ਕਰੰਟ ਦੇ ਲਪੇਟ 'ਚ ਆ ਗਏ, ਜਦੋਂ ਅਸੀਂ ਮੌਕੇ 'ਤੇ ਪੁੱਜੇ ਹਾਂ ਤਾਂ ਉੱਥੇ ਇਹਨਾਂ ਦੀ ਮੌਕੇ 'ਤੇ ਮੌਤ ਹੋ ਚੁੱਕੀ ਹੈ। ਅਤੇ ਬਾਅਦ 'ਚ ਅਸੀਂ ਬਥੇਰੀ ਕੋਸ਼ਿਸ਼ ਕੀਤੀ, ਮਿੱਟੀ ਮੁੱਟੀ 'ਚ ਨੱਪ ਕੇ, ਹੋਰ ਵੀ ਇਹਨੂੰ ਐਂਬੂਲੈਂਸ 'ਚ ਵੀ ਖੜਿਆ ਅਸੀਂ ਫਤਿਹਗੜ੍ਹ ਤੱਕ, ਪਰ ਨਹੀਂ, ਉਹਨਾਂ ਨੇ ਇਹਨਾਂ ਨੂੰ ਮਿਤ ਕਰਾਰ ਦਿੱਤਾ। ਉਹਨਾਂ ਸਗੇ ਭਰਾ ਨੇ, ਇੱਕ ਦੀ ਉਮਰ 8 ਸਾਲ ਸੀ, ਇੱਕ ਦੀ 10 ਸਾਲ, ਅਤੇ ਬਹੁਤ ਇੱਕ ਸ਼ਰੀਫ ਪਰਿਵਾਰ ਅਤੇ ਮਿਹਨਤੀ ਪਰਿਵਾਰ ਸੀ, ਬਹੁਤ ਜ਼ਿਆਦਾ ਇਹਨਾਂ ਨੂੰ ਧੱਕਾ ਹੋਇਆ।